MP! ਜਿੰਦਾਬਾਦ! ਮਾਤਾ MP! ਜਿੰਦਾਬਾਦ! ਲੋਕ ਸਭਾ ਚੋਣਾਂ ਦੇ ਨਤੀਜੇ ਦੇ ਵਿੱਚ ਹੁਸ਼ਿਆਰਪੁਰ ਦੀ ਸੀਟ ਤੋਂ ਡਾਕਟਰ ਰਾਜ ਕੁਮਾਰ ਅੱਗੇ ਜਾ ਰਹੇ ਹਨ, ਜਿਸ ਦੇ ਨਾਲ ਸਮਰਥਕਾਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਤੇ ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਨੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਦੀ ਜਿੱਤ ਦੇ ਵੱਲ ਵਧੇ ਕਦਮਾਂ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਜਿੱਤ ਪੰਜਾਬ ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋਏ ਹੋਈ ਹੈ। ਸਾਲਾਂ ਤੋਂ ਜਨਤਾ ਨੇ ਡਾਕਟਰ ਰਾਜ ਕੁਮਾਰ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਹੈ। ਅਰਦਾਸ ਟੈਲਨ ਲਈ ਗੁਰਜੀਤ ਸੋਨੂ ਅਤੇ ਕੈਮਰਾਮੈਨ ਗੁਰਪ੍ਰੀਤ ਗੋਪੀ ਦੀ ਰਿਪੋਰਟ। ਮੈਂ ਸੁਦਰਸ਼ਨ ਧੀਰ, ਐਕਸ ਕੌਂਸਲਰ ਹੁਸ਼ਿਆਰਪੁਰ। ਮੈਂ ਵੀ ਅੱਜ ਲੋਕ ਸਭਾ ਦੇ ਰਿਜ਼ਲਟ ਨੂੰ ਦੇਖਣ ਲਈ ਅਸੀਂ ਇੱਥੇ ਸਭ ਪਾਰਟੀਆਂ ਦੇ ਵਰਕਰ ਜਿਹੜੇ ਪਹੁੰਚੇ ਆ ਉਹਨਾਂ ਦੇ ਵਿੱਚ ਅਸੀਂ ਵੀ ਆ ਗਏ। ਸੋ ਆਪਣੀ ਆਪਣੀ ਪਾਰਟੀ ਦੇ ਹਿੱਤ 'ਚ ਲੈ ਕੇ ਅਤੇ ਸਾਡਾ ਕੈਂਡੀਡੇਟ ਜਿਹੜਾ ਉਹ ਜਿੱਤੇ ਉਹਦੀ ਆਸ਼ਾ ਲੈ ਕੇ ਆਏ ਹਾਂ। ਸੋ ਇਸ ਵੇਲੇ ਜਿੰਨਾ ਵੀ ਪ੍ਰਬੰਧ ਪੁਲਿਸ ਦੁਆਰਾ ਕੀਤਾ ਗਿਆ, ਜਿੰਨਾ ਪਬਲਿਕ ਦੁਆਰਾ ਕੀਤਾ ਗਿਆ ਔਰ ਸਾਰਾ ਭਾਈਚਾਰਾ ਇੱਕ ਪ੍ਰੇਮ ਦੀ ਮੋਟਰ 'ਚ ਆ, ਜਿਹਨੂੰ ਕਹਿ ਦਈਏ ਜੇ ਤਾਂ ਹਾਰ ਤਾਂ ਹੁੰਦੀ ਆ, ਇੱਕ ਨੇ ਜਿੱਤਣਾ ਹਾਰਨਾ ਇਹ ਤਾਂ ਹੋਣੀ ਹੁੰਦੀ ਆ। ਤਾਂ ਪਰ ਇਹ ਗੱਲ ਆ, ਇੱਥੇ ਪੁਲਿਸ ਦਾ ਵੀ ਪ੍ਰਬੰਧ ਬੜਾ ਔਰ ਲੋਕਾਂ ਦਾ ਵੀ ਭਾਈਚਾਰਾ ਜਿਹੜਾ ਉਹ ਕਾਇਮ ਆ ਕਿ ਕੋਈ ਵੀ ਕੈਂਡੀਡੇਟ ਜਿਹੜਾ ਦਿੱਤੇਗਾ ਉਹਦਾ ਜਿਹਨੂੰ ਪਰਮਾਤਮਾ ਨੇ ਤਿਲਕ ਲਗਾਉਣਾ ਉਹਨੂੰ ਲੱਗ ਜਾਏਗਾ। ਸੋ ਹੁਣ ਸਾਨੂੰ ਥੋੜ੍ਹਾ ਜਿਹਾ ਇੰਨਾ ਪਤਾ ਲੱਗਾ ਕਿ ਡਾਕਟਰ ਰਾਜ ਕੁਮਾਰ ਜੀ 11,000 ਵੋਟ 'ਤੇ ਲੀਡ ਕਰ ਰਹੇ ਆ ਅਤੇ ਬਾਕੀ ਹੁਣ ਜਿਸ ਵੇਲੇ ਰਿਜ਼ਲਟ ਫੁੱਲ ਆ ਜਾਏਗਾ ਫਿਰ ਉਹਦੇ ਮੁਤਾਬਕ ਕੈਂਡੀਡੇਟ ਦਾ ਪਤਾ ਲੱਗੇਗਾ ਕਿ ਕਿਹੜਾ ਜਿੱਤਿਆ, ਕਿਹੜਾ ਹਾਰਿਆ ਜਾਂ ਕਿੰਨੀਆਂ ਵੋਟਾਂ 'ਤੇ ਜਿੱਤਿਆ, ਕਿੰਨੀਆਂ ਵੋਟਾਂ 'ਤੇ ਹਾਰਿਆ, ਉਹਦੇ ਮੁਤਾਬਕ ਇਹ ਚੀਜ਼ ਆ ਜਾਏਗੀ। ਸੋ ਮੈਂ ਹੁਸ਼ਿਆਰਪੁਰ ਨਿਊਜ਼ ਵਾਲਿਆਂ ਦਾ, ਸਟੈਲਰ ਨਿਊਜ਼ ਵਾਲਿਆਂ ਦਾ ਵੀ ਬਹੁਤ ਧੰਨਵਾਦ ਕਰਦਾ ਜਿਹੜੇ ਇਸ ਪਬਲਿਕ ਦੇ ਵਿੱਚ ਆ ਕੇ ਪਬਲਿਕ ਨੂੰ ਮਿਲ ਰਹੇ ਆ ਔਰ ਉਹਨਾਂ ਦਾ ਉਤਸ਼ਾਹ ਦੇਖ ਕੇ ਔਰ ਵਿਊ ਦੇਖ ਕੇ ਉਹ ਲੈ ਰਹੇ ਆ ਅਤੇ ਉਹਨਾਂ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ। ਅਤੇ ਮੈਂ ਆਸ਼ਾ ਕਰਦਾ ਕਿ ਸਾਡੇ SSP DC ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਆ ਉਹ ਬਹੁਤ ਹੀ ਪ੍ਰਸ਼ੰਸਾ ਯੋਗ ਆ ਕਿ ਜਿਹਦੇ ਨਾਲ ਆਮ ਪਬਲਿਕ ਬਿਨਾਂ ਕਿਸੇ ਭੇਦਭਾਵ ਤੋਂ ਇਹ ਜਿਹੜਾ ਲੋਕ ਸਭਾ ਦਾ ਚੁਣਾਵਾਂ ਦਾ ਲਾਸਟ ਮੂਵਮੈਂਟ ਆ ਜਿੱਤ ਹਾਰ ਦੀ ਉਹ ਦੇਖਣ ਨੂੰ ਲੋਕ ਬੇਤਾਬ ਬੈਠੇ ਆ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ। ਪੀਰ ਸਾਹਿਬ, ਮਤਲਬ ਗੱਡੀਆਂ ਦਾ ਦੇਖੋ ਖੇਤਾਂ ਵਿੱਚ ਵੀ ਲੱਗੀਆਂ ਹੋਈਆਂ ਗੱਡੀਆਂ, ਹਾਂਜੀ ਦੂਰ ਦੂਰ ਬੰਦੇ ਆਏ, ਹਾਂਜੀ ਉਤਸ਼ਾਹ ਆ। ਉਤਸ਼ਾਹ ਦੇ ਮੁਤਾਬਕ ਇਹ ਆ ਕਿ ਕੋਈ ਸਕੂਟਰਾਂ ਦੇ ਗੱਡੀਆਂ ਦਾ ਤੁਸੀਂ ਬੇਨਤਾ ਦੇਖੋ, ਆਲਾ ਦੁਆਲਾ ਸੜਕਾਂ ਵੀ ਭਰੀਆਂ ਆ, ਖੇਤ ਵੀ ਭਰੇ ਆ, ਇੱਕ ਲੋਕਾਂ ਤੋਂ ਉਤਸ਼ਾਹ ਆ ਔਰ ਉਤਸ਼ਾਹ ਚਾਹੀਦਾ ਕਿਉਂਕਿ ਅਸੀਂ ਲੋਕ ਸਭਾ ਦੇ ਪ੍ਰਤੀਨਿਧੀ ਲਈ ਇੱਕ 5 ਸਾਲ ਦੇ ਬਾਅਦ ਇਹ ਟਾਈਮ ਆਉਂਦਾ। ਸੋ ਲੋਕ ਬੜੇ ਉਤਸ਼ਾਹ ਨਾਲ ਆਏ ਆ ਔਰ ਇਹਦਾ ਨਾਲ ਇਹਦਾ ਮਤਲਬ ਇਹ ਆ ਕਿ ਲੋਕਾਂ ਦੇ ਅੰਦਰੋਂ ਭਾਵਨਾ ਜਿਹੜੀ ਆ ਇਸ ਚੁਣਾਵ ਨੂੰ ਦੇਖਣ ਲਈ ਬਹੁਤ ਉਤਸ਼ਾਹ ਆ ਉਹਨਾਂ ਦੇ ਅੰਦਰ। ਠੀਕ ਸਰ, ਪਾਰਟੀ ਜਿੱਦਾਂ ਪਾਰਟੀ ਦੇ ਬਰਕਤ ਤਾਂ ਚਲੋ ਆਉਣਾ ਹੀ ਆਉਣਾ, ਆਮ ਜਨਤਾ ਵੀ ਬਹੁਤ ਲੋਕ ਪਹੁੰਚੇ ਹੋਏ ਆ। ਆਮ ਜਨਤਾ ਦਾ ਇਹ ਆ ਕਿ ਜਿਹਨਾਂ ਨੇ ਇਹ ਪ੍ਰੋਗਰਾਮਾਂ ਨੂੰ ਦੇਖਣ ਲਈ ਕਿ ਕਿਸ ਢੰਗ ਦੇ ਨਾਲ ਪ੍ਰੋਗਰਾਮ ਚੱਲਦੇ ਆ,
ਕਈਆਂ ਨੇ ਪਹਿਲੇ ਵੀ ਦੇਖਿਓ, ਕਈਆਂ ਨੇ ਐਕਸਪੀਰੀਅੰਸ ਲੈਣਾ ਵੀ ਹੁੰਦਾ। ਅਤੇ ਆਮ ਜਨਤਾ ਇਸ ਵੇਲੇ ਇੰਨੀ ਧੁੱਪ ਕੜਕਦੀ ਆ ਜਿੱਥੇ ਕਿ ਮੇਰਾ ਕਿਹਾ ਘਰਾਂ 'ਚੋਂ ਲੋਕ ਨਹੀਂ ਨਿਕਲਦੇ, ਫਿਰ ਵੀ ਇਸ ਟਾਈਮ 'ਤੇ ਆ ਕੇ ਲੋਕ ਇਸ ਦ੍ਰਿਸ਼ ਨੂੰ, ਇਸ ਲੋਕ ਸਭਾ ਦੀ ਗਿਣਤੀ ਨੂੰ ਅਤੇ ਇੱਥੇ ਆ ਕੇ ਪਹੁੰਚਿਓ ਆ। ਸੋ ਮੈਂ ਤਾਂ ਇਹੀ ਕਹਾਂਗਾ ਕਿ ਲੋਕਾਂ ਦੇ ਵਿੱਚ ਜਿੱਥੇ ਵੋਟ ਪਾਉਣ ਦਾ ਉਤਸ਼ਾਹ ਸੀ, ਉੱਥੇ ਇੱਕ ਰਿਜ਼ਲਟ ਦਾ ਵੀ ਉਤਸ਼ਾਹ ਬਹੁਤ। ਆਮ ਆਦਮੀ ਪਾਰਟੀ ਦੇ ਹਰੇਕ ਵਲੰਟੀਅਰ ਨੇ, ਹਰੇਕ ਕਾਰਿਆਕਰਤਾ ਨੇ, ਸਭ ਨੇ ਦਬ ਕੇ ਮਦਦ ਮਿਹਨਤ ਕੀਤੀ ਹੈ, ਜਿਹਦੇ ਸਦਕੇ ਮੈਂ ਕਹਿੰਦਾ ਪੰਜਾਬ 'ਚ 2 ਸਾਲ ਦਾ ਜਿਹੜਾ ਕੰਮ ਕਾਰ ਸੀ, ਖਾਸ ਤੌਰ 'ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ, ਸਾਰੀਆਂ ਚੀਜ਼ਾਂ ਰਲ ਕੇ ਡਾਕਟਰ ਰਾਜ ਕੁਮਾਰ ਜੀ ਨੂੰ ਅੱਜ ਪਾਰਲੀਮੈਂਟ ਭੇਜਿਆ ਸੀ। ਮਾਨ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ, ਸਾਰੇ ਕਾਰਿਆਕਰਤਾ, ਅਰਵਿੰਦ ਕੇਜਰੀਵਾਲ ਜੀ ਵੀ ਹੁਸ਼ਿਆਰਪੁਰ ਆਏ, ਉਹਨਾਂ ਨੇ ਵੀ ਮਿਹਨਤ ਕੀਤੀ ਹੈ, ਸਾਰੇ ਨੇ ਰਲ ਕੇ ਮਿਹਨਤ ਕੀਤੀ। ਮੈਂ ਕਹਿ ਸਕਦਾ ਹਰੇਕ ਕਾਰਿਆਕਰਤਾ ਨੇ ਮਿਹਨਤ ਕੀਤੀ, ਜਿਹੜਾ ਜਿਹਦਾ ਫਲ ਜਿਹੜਾ ਹੈ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਨੂੰ ਪਾਰਲੀਮੈਂਟ ਭੇਜਿਆ ਹੁਸ਼ਿਆਰਪੁਰ ਦੇ ਲੋਕਾਂ ਨੇ ਆਪਣੇ ਮੁੱਦਿਆਂ ਲਈ। ਜਸ਼ਨ ਦੇਖੋ, ਜਸ਼ਨ ਤਾਂ ਹੁੰਦਾ ਹੀ ਹੈ, ਫਿਰ ਜਿੱਤਣ ਤੋਂ ਬਾਅਦ ਜਸ਼ਨ ਹੀ ਹੁੰਦਾ, ਕਾਰਿਆਕਰਤਾ ਨੂੰ ਮਿਲਣਾ, ਉਹਨਾਂ ਦੀ ਮੁਬਾਰਕਬਾਦ ਲੈਣੀ, ਜਸ਼ਨ ਹੁੰਦਾ ਪਹਿਲਾਂ ਤਾਂ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਮੈਂ ਮਹਿੰਦਰ ਸਿੰਘ ਪੰਬੋ ਬਾੜੀਆਂ ਜੀ, ਡਾਕਟਰ ਸਾਹਿਬ ਦੇ ਸਮਰਥਨ ਆਪਾਂ, ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਵਾਸਤੇ ਕਿ ਅੱਜ ਜਿਹੜੇ ਸਾਡੇ ਡਾਕਟਰ ਸਾਹਿਬ ਲੀਡ ਕਰ ਰਹੇ ਨੇ, 12,000 ਤੋਂ ਪਲੱਸ ਹੋ ਰਹੀ ਆ ਅਤੇ 13,000 ਪਲੱਸ ਨਵੀਂ ਅਪਡੇਟ, ਕਿਉਂਕਿ ਡਾਕਟਰ ਸਾਹਿਬ ਨੇ ਨਾ ਬੜੀ ਮਿਹਨਤ ਕੀਤੀ ਆ, ਔਰ ਸਾਡੇ ਜਿਹੜੇ ਸਮਰਥਨ ਦਾ ਵਰਕਰ ਜਿੰਨੇ ਵੀ ਆ ਚੱਬੇਵਾਲ ਤੋਂ ਜਾਂ ਹੁਸ਼ਿਆਰਪੁਰ ਤੋਂ, ਉਹਨੇ ਧੁੱਪ ਨਹੀਂ ਦੇਖੀ, ਛਾਂ ਨਹੀਂ ਵੇਖੀ, ਉਹਨਾਂ ਨੇ ਪੂਰਾ ਡਾਕਟਰ ਸਾਹਿਬ ਦਾ ਸਾਥ ਦਿੱਤਾ, ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਜੀ ਨੇ ਵੀ ਇਕੱਲੇ ਇਕੱਲੇ ਪਿੰਡ 'ਚ ਆਪਣਾ ਪਿਆਰ ਬਣਾਇਆ, ਸਤਿਕਾਰ ਬਣਾਇਆ, ਔਰ ਇਕੱਲੇ ਇਕੱਲੇ ਪਿੰਡ ਵਿੱਚ ਇਕੱਲੇ ਇਕੱਲੇ ਘਰ ਘਰ ਜਾ ਕੇ ਲੋਕਾਂ ਦੇ ਦੁੱਖ ਸੁਣੇ, ਸੁੱਖ ਸੁਣੇ ਆ, ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕੀਤੀਆਂ। ਇਸ ਕਰਕੇ ਇਹ ਜਿਹੜੀ ਲੀਡ ਜਾ ਰਹੀ ਆ ਡਾਕਟਰ ਸਾਹਿਬ ਦੇ ਕੰਮਾਂ ਨੂੰ ਜਾ ਰਹੀ ਆ, ਔਰ ਡਾਕਟਰ ਸਾਹਿਬ ਦੇ ਪਿਆਰ ਨੂੰ ਜਾ ਰਹੀ ਆ। ਮੇਰਾ ਖਿਆਲ ਆ ਵੀ ਵੱਧ ਤੋਂ ਵੱਧ ਵੋਟ ਨਾਲ ਡਾਕਟਰ ਸਾਹਿਬ ਜਿੱਤਣਗੇ। ਮੈਂ ਇਲਾਕਾ ਨਿਵਾਸੀਆਂ ਦਾ, ਸਾਰਿਆਂ ਦਾ ਧੰਨਵਾਦ ਕਰਦਾ, ਤੁਹਾਡੇ ਚੈਨਲ ਵਾਲਿਆਂ ਦਾ ਵੀ, ਕਿ ਜਿਹੜੀ ਕਿ ਅੱਜ ਰਿਆਤ ਵਾੜਾ ਕਾਲਜ ਦੇ ਵਿੱਚ ਜਿੱਥੇ ਗਿਣਤੀ ਹੋ ਰਹੀ ਆ, ਉੱਥੇ ਆਪਾਂ ਸਾਰੇ ਭਰਾ ਇਕੱਠੇ ਹੋਏ ਹਾਂ, ਅਤੇ ਡਾਕਟਰ ਸਾਹਿਬ ਨੇ ਜਿਹੜੇ ਵਧੀਆ ਕੰਮ ਕੀਤੇ ਨੇ, MP ਬਣੇਗੀ, ਆਪਾਂ ਉਹਨਾਂ ਨੂੰ MP ਬਣਾਉਣਾ, MP ਬਣ ਕੇ ਆਪਣੇ ਪੂਰੇ ਇਲਾਕੇ ਦੀ ਦੇਖ ਰਹੇ, ਪੂਰੀ ਚੰਗੀ ਕਰ ਰਹੇ। ਧੰਨਵਾਦ ਜੀ। ਹਮਾਰੇ ਕੋਚਿੰਗ ਇੰਸਟੀਟਿਊਟ ਮੇ ਬੋਥ ਸਕੂਲਿੰਗ ਐਂਡ ਕੋਚਿੰਗ ਫੈਸਿਲਿਟੀ ਕੋ ਲੇਂਗੇ, ਉਨਕੋ ਕੋਈ ਵੀ ਐਕਸਟਰਾ ਟਿਊਸ਼ਨ ਜਾਂ ਕੋਚਿੰਗ ਲੈਣੇ ਕੀ ਜ਼ਰੂਰਤ ਨਹੀਂ ਪੜੇਗੀ। ਉਨਕਾ ਸਮੇਂ ਔਰ ਉਨਕਾ ਪੈਸਾ ਦੋਨੋਂ ਹਮਾਰੇ ਸਾਥ ਐਡਮਿਸ਼ਨ ਲੈਣੇ ਪੇ ਬਚ ਸਕਤਾ ਹੈ।